ਸੀਐਮ ਪ੍ਰਗਟਮਾਨ ਦੇ ਨਾਲ ਗੱਲਬਾਤ ਹੋਈ ਹੈ ਕੀ ਦਾਵਾ ਕੀਤਾ ਗਿਆ ਉਹਨਾਂ ਨੇ ਪੰਜਾਬ ਦਾ ਸਾਰਾ ਪ੍ਰਵਾਹ ਦਰਿਆ ਦੇ ਕੰਢੇ ਇਕੱਠਾ ਹੋ ਗਿਆ ਤੇ ਪੰਜਾਬ ਦਾ ਇੱਕ ਵੱਡਾ ਮੁੱਦਾ ਜਿਹੜਾ ਹੱਲ ਹੋ ਗਿਆ ਇੱਕ ਬੜਾ ਸਟਰੋਂਗ ਮੈਸੇਜ ਜਾਂਦਾ ਹੈ ਵੀ ਜੇ ਪਰਿਵਾਰ ਇਕੱਠਾ ਹੈ ਨਾ ਤੇ ਫਿਰ ਮੁੱਦੇ ਜਿਹੜੇ ਆ ਨਿੱਕੇ ਹੋ ਜਾਂਦੇ ਆ ਗੱਲ ਤਾਂ ਸਾਡੇ ਪਾਣੀ ਖੋਣ ਦੀ ਸੀ ਉਹ ਜਿਹੜਾ ਵੀ ਪਾਣੀ ਖੋ ਰਿਆ ਸੀ ਪਾਣੀ 'ਚ ਜ਼ਹਿਰ ਪਾ ਰਿਆ ਸੀ ਉਹ ਉਦੋਂ ਵੀ ਕਾਤਲ ਸੀ ਉਹ ਹੁਣ ਵੀ ਕਾਤਲ ਹੈ ਆਨ ਸਭ ਜ਼ਮੀਨੀ ਤੌਰ ਤੇ ਜਿਹੜਾ ਸੀ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਾਂ ਜਿਹੜਾ ਇਹ ਮੁੱਖ ਮਸਲਾ ਹੈਗਾ ਇਹਦੀ ਚੰਗੀ ਤਰ੍ਹਾਂ ਦੇ ਨਾਲ ਸਮਝ ਰੱਖਦੇ ਤਾਂ ਕੀ ਲੱਗਦਾ ਸੀ ਕਿ ਜਦੋਂ ਲੋਕਾਂ ਦੀ ਇੱਕ ਧਿਰ ਖੜੀ ਹੁੰਦੀ ਹੈ ਉਸ ਵੇਲੇ ਕਿਉਂ ਪ੍ਰੋਜੈਕਟ ਨੂੰ ਰੱਦ ਕਰਨਾ ਪੈਂਦਾ ਹੈ ਪਹਿਲਾਂ ਕਿਉਂ ਨਹੀਂ ਰੱਦ ਕੀਤਾ ਜੀ ਵੀ ਅਸੀਂ ਪੁੱਛਿਆ ਵੀ ਹੁਣ ਬੁੱਢਾ ਨਾਲਾ ਉਹ ਕਹਿੰਦੇ ਵੀ ਇਹਦੇ ਤੇ ਅਸੀਂ ਸਾਡਾ ਪ੍ਰੋਮਿਸ ਆ ਅਸੀਂ ਇਹ ਯਕੀਨੀ ਤੌਰ ਤੇ ਇਹਨੂੰ ਇੰਨਾ ਕੁ ਸਾਫ਼ ਕਰਾਂਗੇ ਕਿ ਮੈਂ ਜੇ ਉਹਦੇ ਵਿੱਚ ਜਾਊਂਗਾ ਤੇ ਮੈਂ ਤੁਹਾਨੂੰ ਨਹਾ ਕੇ ਵਿਖਾਵਾਂਗਾ ਬਤ ਲੁਧਿਆਣੇ ਦੀ علامه ਅਸੀਂ ਕਿਸੇ ਹੋਰ ਜੇਲੇ ਨੂੰ ਨਹੀਂ ਦੇਣੀ ਉਹਨਾਂ ਨੇ ਸਹਿਮਤੀ ਦਿੱਤੀ ਇਹਦੇ ਤੇ ਕਹਿੰਦੇ ਬਿਲਕੁਲ ਨਹੀਂ ਟੀਵੀ 84 ਇੰਡੀਆ ਦੇ ਨਾਲ ਜੁੜੇ ਹੋ ਮੁੱਖ ਤੌਰ ਤੇ ਪੰਜਾਬ ਦੇ ਅੰਦਰ ਜਿਹੜਾ ਸੀ ਮੱਤੇਵਾੜਾ ਜੰਗਲ ਦਾ ਮਸਲਾ ਬਹੁਤ ਵੱਡਾ ਸੀ ਕਿਉਂਕਿ ਇਹਦੇ ਨਾਲ ਜਿੱਥੇ ਕੁਝ ਪਿੰਡਾਂ ਦਾ ਉਜਾੜਾ ਹੁੰਦਾ ਇਹ ਤਾਂ ਉਹਦੇ ਨਾਲ ਜਿਹੜਾ ਸਤਲੋਜ ਦਾ ਪਵਨ ਪਾਣੀ ਹੈ ਕਿਤੇ ਨਾ ਕਿਤੇ ਉਹਨੂੰ ਵੀ ਜ਼ਹਿਰੀਲਾ ਰੂਪ ਦਿੱਤਾ ਜਾ ਸਕਦਾ ਸੀ ਪਰ ਬਹੁਤ ਵੱਡੀ ਲੜਾਈ ਪੰਜਾਬ ਦੇ ਲੋਕਾਂ ਨੇ ਲੜੀ ਹੈ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹਨਾਂ ਲੋਕਾਂ ਨੇ ਲੜੀ ਹੈ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਈ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਪ੍ਰੋਜੈਕਟ ਨੂੰ ਰੱਦ ਕੀਤਾ ਜਾ ਰਿਹਾ ਹੈ ਤਾਂ ਸਾਡੇ ਨਾਲ ਡਾਕਟਰ ਅਮਨਦੀਪ ਸਿੰਘ ਬੈਂਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਨ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਦੱਸੋ ਕਿ ਇੱਕ ਬੜੀ ਖੁਸ਼ੀ ਵਾਲੀ ਖਬਰ ਆ ਰਹੀ ਹੈ ਸੀਐਮ ਭਗਵੰਤ ਮਾਨ ਦੇ ਨਾਲ ਗੱਲਬਾਤ ਹੋਈ ਹੈ ਕੀ ਦਾਵਾ ਕੀਤਾ ਗਿਆ ਉਹਨਾਂ ਵੱਲੋਂ ਦੇਖੋ ਪੰਜਾਬ ਦਾ ਸਾਰਾ ਪਰਵਾਹ ਦਰਿਆ ਦੇ ਕੰਢੇ ਇਕੱਠਾ ਹੋ ਗਿਆ ਤੇ ਪੰਜਾਬ ਦਾ ਇੱਕ ਵੱਡਾ ਮੁੱਦਾ ਜਿਹੜਾ ਹੱਲ ਹੋ ਗਿਆ ਇੱਕ ਬੜਾ ਸਟਰੋਂਗ ਮੈਸੇਜ ਜਾਂਦਾ ਆ ਵੀ ਜੇ ਪਰਿਵਾਰ ਇਕੱਠਾ ਆ ਨਾ ਤੇ ਫਿਰ ਮੁੱਦੇ ਜਿਹੜੇ ਆ ਨਿੱਕੇ ਹੋ ਜਾਂਦੇ ਆ ਜਿਵੇਂ ਇਸ ਮੁੱਦੇ ਤੇ ਹੋਇਆ ਇਹ ਇਹ ਕਿਤੇ ਪੀਏਸੀ ਤੇ ਬੜਾ ਇੱਕ ਛੋਟਾ ਜਿਹਾ 그룹 ਆ ਯਕੀਨ ਮੰਨਿਓ ਮੈਂ ਇਮਾਨਦਾਰੀ ਨਾਲ ਤੁਹਾਨੂੰ ਦੱਸਦਾ ਅਸੀਂ ਕੈਮਰੇ ਦੇ ਮੂਹਰੇ ਜ਼ਰੂਰ ਖੜੇ ਆ ਪਰ ਇਹ ਲੜਾਈ ਜਿਹੜੀ ਸੀ ਨਾ ਉਹ ਕੱਲੇ-ਕੱਲੇ ਬੰਦੇ ਨੇ ਲੜੀ ਚਾਹੇ ਉਹ ਬੰਦਾ ਘਰ ਬੈਠਾ ਆ ਚਾਹੇ ਉਹ ਬੰਦਾ ਟਵਿੱਟਰ ਤੇ ਬੈਠਾ ਆ ਕਈ ਵਾਰੀ ਅਸੀਂ ਨਾ ਕਿਸੇ ਨੂੰ ਡਰਾਇੰਗ ਰੂਮ ਬਾਰੀਅਰ ਕਹਿ ਦਿੰਨੇ ਆ ਕਿਸੇ ਨੂੰ ਟਵਿੱਟਰ ਵਾਲਾ ਕਹਿ ਦਿੰਨੇ ਆ ਕਿਸੇ ਨੂੰ ਆਨਲਾਈਨ ਵਾਲਾ ਕਹਿ ਦਿੰਨੇ ਆ ਯਕੀਨ ਮੰਨਿਓ ਉਹ ਬੰਦੇ ਕਈ ਵਾਰੀ ਜੇ ਮੇਰੇ ਵਰਗਾ 1 ਘੰਟਾ ਜਾਂਦਾ ਆ ਉਹ 10 ਘੰਟੇ ਬਹਿ ਕੇ ਆਵਾਜ਼ ਚੱਕਦੇ ਆ ਉੱਥੇ ਟਵਿੱਟਰ ਤੇ ਬਹਿ ਕੇ ਔਰ ਕੋਲੋ ਦੁਨੀਆ ਚ ਵਸਦੇ ਪੰਜਾਬੀ ਇਹ ਉਹਨਾਂ ਦੀਆਂ ਦਵਾਵਾਂ ਸੀ ਉਹਨਾਂ ਦੀਆਂ ਅਰਦਾਸਾਂ ਸੀ ਜਦੋਂ ਸਾਰਾ ਪੰਜਾਬ ਇਕੱਠਾ ਹੋਇਆ ਔਰ ਅਲੱਗ-ਅਲੱਗ ਆਈਡੀਓਲੋਜੀ ਵਿਚਾਰਧਾਰਾ ਆਪਣੀ-ਆਪਣੀ ਹੋ ਸਕਦੀ ਆ ਉਹ ਸਾਰੇ ਜਣੇ ਇਕੱਠੇ ਹੋ ਗਏ ਉਹ ਸਾਰੇ ਜਣੇ ਇਕੱਠੇ ਹੋ ਕੇ ਬੈਠੇ ਇਹ ਲੜਾਈ ਉਹਨਾਂ ਸਾਰਿਆਂ ਨੇ ਲੜੀਆ ਇਹ ਉਹਨਾਂ ਸਾਰਿਆਂ ਦੀ ਜਿੱਤ ਆ ਇਹ ਪੰਜਾਬ ਦੇ ਜਿਹੜਾ ਇੱਕ ਸਮੂਹ ਸਾਡਾ ਪਰਿਵਾਰ ਆ ਨਾ ਇਹ ਉਹਦੀ ਜਿੱਤ ਆ ਦੇ ਲੋਕਾਂ ਦਾ ਕਹਿ ਰਹੇ ਕਿ ਬਹੁਤ ਵੱਡਾ ਸਮਰਥਨ ਰਿਹਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਕੱਲ ਦੇ ਸਮਾਗਮ ਦੇ ਦਰਮਿਆਨ ਤਾਂ ਦੇਖੀਏ ਜੇ ਆਪਾਂ ਰਾਜਸੀ ਧਰਾਂਵੀ ਉਹਦੇ ਵਿੱਚ ਬਹੁਤ ਸਰਗਰਮੀ ਦੇ ਨਾਲ ਬੋਲਦਿਆਂ ਨਜ਼ਰ ਆਈਆਂ ਉੱਥੇ ਰਾਜਾ ਵੜਿੰਗ ਬੋਲੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਜਿਹੜਾ ਸੀ ਲੀਡਰ ਬੋਲੇ ਤਾਂ ਉਹਨਾਂ ਲੋਕਾਂ ਦਾ ਪਿਛਲੇ ਸਮੇਂ ਦੇ ਦਰਮਿਆਨ ਉਹਨਾਂ ਲੋਕਾਂ ਦਾ ਰਿਸਪਾਂਸ ਕਿੰਨੀ ਸੀ ਕਿਉਂਕਿ ਕਾਂਗਰਸ ਦੇ ਵੇਲੇ ਜਿਹੜਾ ਸੀ ਇਹ ਪ੍ਰੋਜੈਕਟ ਦੀ ਜਿਹੜੀ ਅਰੰਭਤਾ ਕੀਤੀ ਗਈ ਸੀ ਨੇ ਬਿਲਕੁਲ ਅਸੀਂ ਅਸੀਂ ਤਾਂ ਵਿਰੋਧ ਕਾਂਗਰਸ ਵੇਲੇ ਸ਼ੁਰੂ ਕੀਤਾ ਸੀ ਨਾ ਸਾਡੇ ਲਈ ਤਾਂ ਰੂਲਿੰਗ ਪਾਰਟੀ ਜਿਹੜੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਆਮ ਆਦਮੀ ਪਾਰਟੀ ਆ ਅਸੀਂ ਉਦੋਂ ਉਹਨਾਂ ਦੀ ਸਪੀਡ 40 ਦੀ ਸੀ ਸਾਡੀ ਵੀ 40 ਦੀ ਰਹੀ ਆਮ ਆਦਮੀ ਪਾਰਟੀ ਨੇ 60 ਤੇ ਸਪੀਡ ਵੀ ਕੀਤੀ ਹੈ ਸਾਡੀ ਵੀ 60 ਤੇ ਸਪੀਡ ਰਹੀ ਔਰ ਉਸ ਵੇਲੇ ਰੂਲਿੰਗ ਪਾਰਟੀ ਹੁੰਦੇ ਆ ਪ੍ਰਗਟ ਸਿੰਘ ਕਾਂਗਰਸ ਤੋਂ ਸੀ ਅਸੀਂ ਉਹਨਾਂ ਦਾ ਅੱਜ ਵੀ ਧੰਨਵਾਦ ਕਰਦੇ ਆ ਉਹ ਆਪਣੀ ਸਰਕਾਰ ਹੁੰਦੇ ਆ ਉਦੋਂ ਆਏ ਸੀ ਤੋਂ ਗੱਲ ਕੀ ਸੀ ਗੱਲ ਤਾਂ ਸਾਡੇ ਪਾਣੀ ਖੋਣ ਦੀ ਸੀ ਉਹ ਜਿਹੜਾ ਵੀ ਪਾਣੀ ਖੋ ਰਿਹਾ ਸੀ ਪਾਣੀ 'ਚ ਜ਼ਹਿਰ ਪਾ ਰਿਹਾ ਸੀ ਉਹ ਉਦੋਂ ਵੀ ਕਾਤਲ ਸੀ ਉਹ ਉਹਦੇ ਲਈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਜੇ ਲੋਕ ਇਕੱਠੇ ਹੋਏ ਪਰਿਵਾਰ ਇਕੱਠਾ ਹੋਇਆ ਤਾਂ ਇਹਨਾਂ ਨੇ ਸੁਣੀ ਇਹ ਇਹ ਸੁਣਨੀ ਤਾਂ ਪੈਣੀ ਸੀ ਪਰ ਹੋ ਸਕਦਾ ਸੀ ਕਿ ਇਹ ਮੋਰਚਾ ਹੋਰ ਲੰਮਾ ਲੱਗਦਾ ਹੋ ਸਕਦਾ ਸੀ ਉੱਥੇ ਪੱਕਾ ਮੋਰਚਾ ਲੱਗਦਾ ਅੱਜ ਦੀ ਮੀਟਿੰਗ ਤੋਂ ਬਾਅਦ ਇਹ ਨਾ ਸੁਣਦੇ ਪਰ ਇਹਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਸਾਰੇ ਬੰਦਿਆਂ ਨੇ ਇਹਦੇ ਵਿੱਚ ਇੱਕ ਚੰਗਾ ਰੋਲ ਨਿਭਾਇਆ ਹੋਊਗਾ ਚਾਹੇ ਉਹ ਅਫਸਰ ਆ ਚਾਹੇ ਉਹ ਬਲਤੇਜ ਪੰਨੂ ਜੀ ਆ ਅੰਦਰ ਬੈਠੇ ਹੋਏ ਸੀ ਇੱਕ ਸਾਰਥਕ ਰੋਲ ਸੀ ਉਹਨਾਂ ਦਾ ਜਿਹਦੇ ਕਰਕੇ ਇਹ ਜਿਹੜਾ ਰਿਜ਼ਲਟ ਆ ਇਹ ਮੀਟਿੰਗ ਹੋਈ ਔਰ ਇੱਕ ਤਰਫਾ ਬਿਲਕੁਲ ਸਾਰੀਆਂ ਮੰਗਾਂ ਮੰ ਮੰਨੀਆਂ ਉਹਨਾਂ ਨੇ ਤੇ ਮੋਰਚਾ ਫਤਿਹ ਹੋਇਆ ਸੀਐਮ ਸਾਹਿਬ ਦੀ ਦਾਅਵੇਦਾਰੀ ਕਿਸ ਤਰ੍ਹਾਂ ਦੀ ਸੀ ਜਿਹੜੀ ਉਹਨਾਂ ਨੇ ਪੰਜਾਬ ਦੇ ਮੱਤੇਵਾੜਾ ਜੰਗਲ ਨੂੰ ਲੈ ਕੇ ਕਿਉਂਕਿ ਜਦੋਂ ਸਤਾਹੀਨ ਸੀ ਜਦੋਂ ਸਤਾ ਵਿੱਚ ਨਹੀਂ ਸੀ ਆਏ ਤਾਂ ਉਸ ਸਮੇਂ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਆਪੋਜੀਸ਼ਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਚਾਹੇ ਉਹਨਾਂ ਦੇ ਨਾਲ ਜਿਹੜੇ ਸਾਥੀ ਲੀਡਰ ਨੇ ਉਹ ਵੀ ਉਹਨਾਂ ਜੰਗਲਾਂ ਦੇ ਵਿੱਚ ਜਾਂਦੇ ਰਹੇ ਵਿਰੋਧ ਕਰਦੇ ਰਹੇ ਪਰ ਸੀਐਮ ਸਾਹਿਬ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜਾ ਸੀ ਮੱਤੇਵਾੜਾ ਜੰਗਲ ਦੀ ਜਿਹੜਾ ਸੀ ਇਹਨੂੰ ਰੱਦ ਕਰਕੇ ਅਗੇਰੇ ਜਿਹੜੀ ਅਗਲੀ ਰੂਪਰੇਖਾ ਹੋਏਗੀ ਉਹ ਕਿਸ ਤਰ੍ਹਾਂ ਦੀ ਦੱਸ ਜਦੋਂ ਮੀਟਿੰਗ ਸ਼ੁਰੂ ਹੋਈ ਹੈ ਤਾਂ ਜਦੋਂ ਅਸੀਂ ਅੰਦਰ ਬੈਠੇ ਆ ਤਾਂ ਅੰਦਰ ਪਿੱਛੇ ਬੈਕਡ੍ਰੌਪ ਤੇ ਮੱਤੇ ਆੜੇ ਦਾ ਜਿਹੜਾ ਇਲਾਕਾ ਆ ਉਹਦੀ ਇੱਕ ਵੱਡੀ ਪਿਕਚਰ ਸੀ ਜਿਹਦੇ ਵਿੱਚ ਇੰਡਸਟਰੀਅਲ ਪਾਰਕ ਦੀ ਬਾਰਡਰ ਲਾਈਨ ਕੀਤੀ ਹੋਈ ਸੀ ਜਿਹੜਾ ਕਿ ਸਾਨੂੰ ਮਤਲਬ ਇਹਨੂੰ ਨਿੱਜੀ ਤੌਰ ਤੇ ਜਾ ਕੇ ਥੋੜਾ ਜਿਹਾ ਮਹਿਸੂਸ ਹੋਇਆ ਵੀ ਬਹੁਤ ਸਾਰੇ ਆਈਐਸ ਅਫਸਰ ਬੈਠੇ ਆ ਇਹਨਾਂ ਦੀ ਆਦਤ ਹੁੰਦੀ ਆ ਗੱਲਾਂ ਦੇ ਨਾਲ ਤਰੀਕਿਆਂ ਦੇ ਨਾਲ ਕਿਸੇ ਗੱਲ ਨੂੰ ਜਸਟੀਫਾਈ ਕਰਨ ਦੀ ਥੋੜਾ ਜਿਹਾ ਸ਼ੁਰੂ ਦੇ ਵਿੱਚ ਮਹਿਸੂਸ ਹੋਇਆ ਪਰ ਯਕੀਨ ਮੰਨਿਓ ਜਦੋਂ ਮੀਟਿੰਗ ਸ਼ੁਰ ਕਿਸੇ ਵੀ ਆਈਐਸ ਅਫਸਰ ਵੱਲੋਂ ਜਾਂ ਮੁੱਖ ਮੰਤਰੀ ਵੱਲੋਂ ਇਸ ਪ੍ਰੋਜੈਕਟ ਨੂੰ ਇੰਡਸਟਰੀਅਲ ਪਾਰਕ ਨੂੰ ਜਸਟੀਫਾਈ ਕਰਨ ਲਈ ਇੱਕ ਲਫ਼ਜ਼ ਵੀ ਨਹੀਂ ਕਿਹਾ ਗਿਆ। ਉਹਨਾਂ ਨੇ ਆਪਣੀ ਸਿੱਧੀ ਗੱਲ ਜਿਹੜੀ ਆ ਸਾਡੀਆਂ ਗੱਲਾਂ 'ਚ ਸਹਿਮਤੀ ਜਿਤਾਉਂਦੇ ਹੋਏ ਜਾਂ ਜਿੱਦਾਂ ਉਹ ਇਸ ਪ੍ਰੋਜੈਕਟ ਦੇ ਬਾਰੇ ਪਹਿਲਾਂ ਗੱਲ ਕਰਦੇ ਹੋਏ ਸੀ ਉਸ ਕੜੀ ਨਾਲ ਕੜੀ ਜੋੜਦੇ ਹੋਏ ਧੁਰੋਂ ਰੱਦ ਕਰਨ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਜੇਦੀ ਕਿ ਸਾਰੀ ਪੀਏਸੀ ਨੇ ਸਵਾਗਤ ਕੀਤਾ ਔਰ ਸਾਨੂੰ ਬਹੁਤ-ਬਹੁਤ ਖੁਸ਼ੀ ਹੋਈ ਵੀ ਅਸੀਂ ਹੁਣ ਆਪਣੇ ਪੰਜਾਬੀ ਭਰਾਵਾਂ ਨੂੰ ਬਾਹਰ ਜਾ ਕੇ ਨਾ ਇਹ ਗੱਲ ਫਟਾਫਟ ਦੱਸੀ ਹੈ ਜੀ। ਮਾਨ ਸਾਹਿਬ ਜ਼ਮੀਨੀ ਤੌਰ ਤੇ ਜਿਹੜਾ ਸੀ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਾਂ ਜਿਹੜਾ ਇਹ ਮੁੱਖ ਮਸਲਾ ਹੈਗਾ ਇਹਦੀ ਚੰਗੀ ਤਰ੍ਹਾਂ ਦੇ ਨਾਲ ਸਮਝ ਰੱਖਦੇ ਤਾਂ ਕੀ ਲੱਗਦਾ ਸੀ ਕਿ ਜਦੋਂ ਲੋਕਾਂ ਦੀ ਇੱਕ ਧਿਰ ਖੜੀ ਹੁੰਦੀ ਹੈ ਉਸ ਵੇਲੇ ਕਿਉਂ ਪ੍ਰੋਜੈਕਟ ਨੂੰ ਰੱਦ ਕਰਨਾ ਪੈਂਦਾ ਹੈ ਪਹਿਲਾਂ ਕਿਉਂ ਨਹੀਂ ਰੱਦ ਕੀਤਾ ਜਾਂਦਾ ਨਹੀਂ ਤੁਹਾਡੀ ਗੱਲ ਠੀਕ ਹੈ ਲੋਕਤੰਤਰ ਦੇ ਵਿੱਚ ਇਕੱਲਾ ਵੋਟ ਪਾ ਕੇ ਨਹੀਂ ਸਰਦਾ ਉਸ ਤੋਂ ਬਾਅਦ ਜਦੋਂ ਤੁਸੀਂ ਕਿਸੇ ਨੂੰ ਕੁੰਜੀਆਂ ਫੜਾ ਦਿੰਨੇ ਹੋ ਆਪਣੀ ਸਟੇਟ ਦੀਆਂ ਤੇ ਉਸ ਕਿਰਾਏਦਾਰ ਦੇ ਉੱਤੇ ਨਿਗਾਹ ਵੀ ਰੱਖਣੀ ਪੈਂਦੀ ਹੈ ਅਸੀਂ ਜਦੋਂ ਅਸੀਂ ਇਕੱਠੇ ਹੋਗੇ ਨਿਗਾਹ ਰੱਖਾਂਗੇ ਇਹ ਸਰਕਾਰ ਸੱਜੇ ਖੱਬੇ ਜਾਣ ਵਾਲੀ ਜਾਂ ਕੋਈ ਬੰਦਾ ਸੱਜੇ ਖੱਬੇ ਜਾਣ ਵਾਲਾ ਜਿੱਦਾਂ ਦਾ ਮਰਜ਼ੀ ਆ ਜੇ ਜਿਵੇਂ ਕਿਸਾਨ ਮੋਰਚੇ 'ਚ ਹੋਇਆ ਉਹ ਤਿੰਨ ਕਾਨੂੰਨ ਆਏ ਤੇ ਮੁੜ ਕੇ ਵਾਪਸ ਵੀ ਹੋ ਗਏ ਆ ਜੇ ਪਹਿਰੇਦਾਰੀ ਤਕੜੀ ਆ ਤੇ ਮੈਨੂੰ ਲੱਗਦਾ ਅਸੀਂ ਇਹ ਕੰਮ ਕਰ ਸਕਦੇ ਹਾਂ ਕਿ ਪੰਜਾਬ ਦਾ ਨੁਕਸਾਨ ਨਾ ਹੋਵੇ। ਇਹਦੇ ਨਾਲ ਜੁੜਦਾ ਹੋਰ ਇੱਕ ਮਸਲਾ ਹੈ ਤੁਸੀਂ ਵਾਤਾਵਰਣ ਪ੍ਰੇਮੀਆਂ ਲਗਾਤਾਰ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਾਂ ਪੰਜਾਬ ਦੇ ਲੋਕਾਂ ਦੇ ਭਲਾਈ ਵਾਸਤੇ ਕਾਰਜ ਕਰਦੇ ਆ ਰਹੇ ਹੋ ਤਾਂ ਬੁੱਢੇ ਨਾਲੇ ਦਾ ਮਸਲਾ ਮੁੱਖ ਤੌਰ ਤੇ ਹੈ ਜਿਹਦੇ ਨਾਲ ਮਾਲਵੇ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੁੰਦਾ ਹੈ। ਉਹਦੇ ਬਾਬਤ ਵੀ ਕੋਈ ਗੱਲਬਾਤ ਹੋਈ? ਉਹ ਸ਼ੁਰੂ ਹੀ ਇਹਦੇ ਤੋਂ ਗੱਲ ਹੋਈ। ਅਸੀਂ ਕਿਹਾ ਵੀ ਅਸੀਂ ਤਾਂ ਮੱਲਮ ਦੀ ਗੱਲ ਕਰਦੇ ਸੀ। ਤੁਸੀਂ ਇੱਕ ਹੋਰ ਬੁੱਢਾ ਨਾਲਾ ਦੇਣ ਦੀ ਸਾਨੂੰ ਗੱਲ ਕਰ ਦਿੱਤੀ ਇੰਡਸਟਰੀ ਨੂੰ ਨਾਮ ਦੇਣ ਦੀ ਗੱਲ ਕਰ ਦਿੱਤੀ ਉਹਨਾਂ ਨੇ ਬਿਲਕੁਲ ਇਸ ਗੱਲ ਤੇ ਸਹਿਮਤੀ ਜਤਾਈ ਵੀ ਪਹਿਲਾਂ ਤਾਂ ਇਹ ਪ੍ਰੋਜੈਕਟ ਰੱਦ ਹੋਣ ਦੀ ਗੱਲ ਕੀਤੀ ਪਿੰਡ ਦੀ ਜ਼ਮੀਨ ਵਾਪਸ ਕਰਨ ਦੀ ਗੱਲ ਕੀਤੀ ਮੁੱਢੋ ਰੱਦ ਕਰਨ ਦੀ ਗੱਲ ਕੀਤੀ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਸੀ ਉਹ ਇਹੀ ਸੀ ਵੀ ਅਸੀਂ ਪੁੱਛਿਆ ਵੀ ਹੁਣ ਬੁੱਢਾ ਨਾਲਾ ਉਹ ਕਹਿੰਦੇ ਵੀ ਇਹਦੇ ਤੇ ਅਸੀਂ ਸਾਡਾ ਪ੍ਰੋਮਿਸ ਆ ਔਰ ਇਹਨੂੰ ਅਸੀਂ ਕੰਮ ਵੱਡਾ ਤੁਸੀਂ ਪਹਿਰੇਦਾਰੋ ਅਸੀਂ ਇਹ ਯਕੀਨੀ ਤੌਰ ਤੇ ਇਹਨੂੰ ਇੰਨਾ ਕ ਸਾਫ਼ ਕਰਾਂਗੇ ਕਿ ਮੈਂ ਜੇ ਉਹਦੇ ਵਿੱਚ ਜਾਊਂਗਾ ਤੇ ਮੈਂ ਤੁਹਾਨੂੰ ਨਹਾ ਕੇ ਵਿਖਾਵਾਂਗਾ ਸੋ ਇੱਕ ਕਮਿਟਮੈਂਟ ਜਿਹੜੀ ਸੀ ਉਹ ਉਹਨਾਂ ਨੇ ਦਿੱਤੀ ਆ ਹੁਣ ਉਹਦੇ ਵਿੱਚ ਸਾਡੀ ਡਿਊਟੀ ਉਹੀ ਹੈ ਵੀ ਉਹ ਜਿਹੜਾ ਪ੍ਰੋਜੈਕਟ ਆ ਬੁੱਢਾ ਦਰਿਆ ਜਿਹੜਾ ਆ ਬੁੱਢਾ ਦਰਿਆ ਵਾਕੇ ਹੀ ਬਣੇ ਔਰ ਇਹ ਜਿਹੜਾ ਕੈਂਸਰ ਆ ਸਤਲੁਜ ਦੇ ਵਿੱਚ ਹੁਣ ਪੈਣਾ ਬੰਦ ਹੋਵੇ ਜਿਹੜਾ ਇੱਥੋਂ ਦਾ ਟੈਕਸਟਾਈਲ ਪਾਰਕ ਦਾ ਜਿਹੜਾ ਪ੍ਰੋਜੈਕਟ ਲਿਖਿਆ ਗਿਆ ਸੀ ਇਹਨੂੰ ਇੱਥੋਂ ਰੱਦ ਕਰਕੇ ਹੁਣ ਕਿਹੜੀ ਜਗ੍ਹਾ ਦੇ ਉੱਪਰ ਲਗਾਏ ਇਹ ਵੀ ਅਸੀਂ ਜਦੋਂ ਉਹਨਾਂ ਨੇ ਰੱਦ ਕੀਤਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹ 50 ਮੀਟਰ ਪਰ 500 ਮੀਟਰ ਪਰੇ ਜਾਂ ਕਿਲੋਮੀਟਰ ਪਰੇ ਨੂੰ ਜਾ ਕੇ ਰੱਦ ਤਾਂ ਨਹੀਂ کہہ ਰਹੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਪੱਕਾ ਪੱਕੇ ਤੌਰ ਤੇ ਰੱਦ ਹੈ ਇਹ ਵੀ ਸਵਾਲ ਕੀਤਾ ਕਿਉਂਕਿ ਕਈ ਵਾਰੀ ਇਹੋ ਜਿਹੀਆਂ ਗਲਤੀਆਂ ਅਸੀਂ ਕੋਈ ਸਾਡਾ ਕੋਈ ਤਜਰਬਾ ਬਹੁਤਾ ਨਹੀਂ ਆ ਇਹੋ ਜਿਹੀਆਂ ਗਲਤੀਆਂ ਸਾਡੇ ਕੋ ਹੋ ਸਕਦੀਆਂ ਆ ਵੀ ਸਾਨੂੰ ਐ ਲੱਗੇ ਵੀ ਇੱਥੋਂ ਹੀ ਪਰੇ ਕੀਤਾ ਤੇ ਅਸੀਂ ਮੰਨ ਲਈਏ ਰੱਦ ਹੋ ਗਿਆ ਇੱਥੋਂ ਵੀ ਤੱਕ ਵੀ ਅਸੀਂ ਕਿਹਾ ਵੀ ਇਸ ਲੁਧਿਆਣੇ ਦੀ ਅਲਾਮਤ ਅਸੀਂ ਕਿਸੇ ਹੋਰ ਜੇਲੇ ਨੂੰ ਨਹੀਂ ਦੇਣੀ ਉਹਨਾਂ ਨੇ ਸਹਿਮਤੀ ਦਿੱਤੀ ਇਹਦੇ ਤੇ ਕਹਿੰਦੇ ਬਿਲਕੁਲ ਨਹੀਂ ਇੱਥੋਂ ਰੱਦ ਇਹ ਵੀ ਕਿਹਾ ਵੀ ਪਾਣੀ ਦੇ ਕਿਸੇ ਹੋਰ ਸਰੋਤ ਦੇ ਲਾਗੇ ਵੀ ਨਹੀਂ ਲੈ ਕੇ ਜਾਣੇ ਤਾਂ ਇਹਦੇ ਤੇ ਉਹਨਾਂ ਨੇ ਸਹਿਮਤੀ ਜਤਾਈ ਆ ਔਰ ਇਹਨੂੰ ਮੁੱ ਜੇ ਆਪਾਂ ਪੰਜਾਬ ਦੇ ਅੰਦਰ ਦੋ ਹੋਰ ਮੁੱਖ ਤੌਰ ਤੇ ਫੈਕਟਰੀਆਂ ਨੇ ਇੰਡਸਟਰੀਆਂ ਨੇ ਜਿਦੇ ਵਿੱਚ ਗੋਬਿੰਦਗੜ੍ਹ ਦੀ ਗੱਲ ਕੀਤੀ ਜਾਂਦੀ ਹੈ ਬਟਾਲੇ ਦੀ ਗੱਲ ਕੀਤੀ ਜਾਂਦੀ ਹੈ ਉਹ ਫੈਕਟਰੀਆਂ ਬੰਦ ਕੀਤੀਆਂ ਗਈਆਂ ਨੇ ਤਾਂ ਉਹਨੂੰ ਲੈ ਕੇ ਕੋਈ ਗੱਲਬਾਤ ਹੋਈ ਕਿ ਉਹਨਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਜਿਹੜਾ ਇੱਕ ਕੋਈ ਪ੍ਰੋਜੈਕਟ ਨਾਮੌલિક ਦੇਣਾ ਚਾਹੀਦਾ ਨਹੀਂ ਅਸੀਂ ਇੰਡਸਟਰੀ ਦੀ ਜਾਂ ਹੋਰ ਸਾਡਾ ਏਜੰਡੇ ਤੇ ਹੈ ਨਹੀਂ ਸੀ ਅਸੀਂ ਆਪਣੇ ਪ੍ਰੋਜੈਕਟ ਤੇ ਗਏ ਸੀ ਆਪਣੇ ਮੁੱਦੇ ਤੇ ਤੇ ਇਸ ਮੁੱਦੇ ਤੇ ਹੋਰ ਕੋਈ ਸਾਡੀ ਗੱਲ ਨਹੀਂ ਹੋਈ ਆਲੇ ਦੁਆਲੇ ਦੇ ਟੌਪਿਕ ਤੇ ਇਹ ਪੰਜਾਬ ਦੇ ਲੋਕਾਂ ਦੀ ਇੱਕ ਬਹੁਤ ਵੱਡੀ ਜਿੱਤ ਹੋਈ ਹੈ ਕਿ ਜਿਹੜਾ ਮੱਤੇਵਾੜਾ ਜੰਗਲ ਦੇ ਉਜਾੜੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕੈਪਟਨ ਸਰਕਾਰ ਦੇ ਵੱਲੋਂ ਜਿਹਦੀ ਅਰੰਭਤਾ ਕੀਤੀ ਗਈ ਸੀ ਪਰ ਅੱਜ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੇ ਵੱਡੀ ਜਿੱਤ ਪ੍ਰਾਪਤ ਕਰਕੇ ਜਿਹੜੀ ਮੱਤੇਵਾੜਾ ਜੰਗਲ ਨੂੰ ਲੈ ਕੇ ਜਾਂ ਪੰਜਾਬ ਦੇ ਪਾਣੀ ਸਤਲੁਜ ਨੂੰ ਬਚਾਉਣ ਨੂੰ ਲੈ ਕੇ ਜਿਹੜੀ ਪੀਏਸੀ ਕਮੇਟੀ ਬਣੀ ਸੀ ਐਕਸ਼ਨ ਕਮੇਟੀ ਵੱਲੋਂ ਪਬਲਿਕ ਐਕਸ਼ਨ ਕਮੇਟੀ ਵੱਲੋਂ ਇੱਕ ਵੱਡਾ ਰੈਕਸ਼ਨ ਕਰਕੇ ਲੋਕਾਂ ਦੇ ਇਕੱਠ ਦੇ ਨਾਲ ਲੋਕਾਂ ਦੇ ਸਮਰਥਨ ਦੇ ਨਾਲ ਸੀਐਮ ਭਗਵੰਤ ਮਾਨ ਤੋਂ ਇਹ ਜਿਹੜਾ ਪ੍ਰੋਜੈਕਟ ਸੀ ਰੱਦ ਕਰਵਾਇਆ ਗਿਆ ਏ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ